ਮਾਈ ਟੀਵੀ ਦੇ ਸਾਰੇ ਵਿਊਜ਼ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਗਿਆਪਾਲ ਸਿੰਘ ਬਾਠ ਉਰਫ ਪਾਲ ਬਾਠ ਤੁਹਾਡਾ ਆਪਣਾ ਪ੍ਰੋਗਰਾਮ ਲੈ ਕੇ ਮਾਈ ਸਟੂਡੀਓ ਤੋਂ ਡੀ ਸੀ ਨਾਈਟ ਵਿਦ ਪਾਲ ਬਾਠ ਦਰ ਹਾਜ਼ਰ ਹੈ ਜੀ। ਔਰ ਮੇਰੇ ਨਾਲ ਅੱਜ ਸਟੂਡੀਓ 'ਚ ਮੌਜੂਦ ਨੇ ਸਰਦਾਰ ਪਵਨ ਸਿੰਘ, ਜੋ ਕਿ ਸਪੋਕਸਪਰਸਨ ਨੇ ਸਿੱਖ ਡੇ ਪਰੇਡ ਵਾਸ਼ਿੰਗਟਨ ਡੀ ਸੀ 2018 ਦੇ। ਸਿੱਖ ਦੁਨੀਆ ਦੇ ਕਿਸੇ ਵੀ ਕੋਨੇ 'ਤੇ ਬੈਠੇ ਨੇ, ਉਹ ਆਪਣਾ ਹੰਭਲਾ ਇਸ ਪ੍ਰਤੀ ਮਾਰਦੇ ਰਹਿੰਦੇ ਨੇ ਕਿ ਸਾਡੀ ਕੌਮ ਦੀ ਜੋ ਆਈਡੈਂਟੀ ਹੈ, ਪਹਿਚਾਣ ਹੈ, ਜੋ ਉਹਨਾਂ ਦਾ ਰੁਤਬਾ, ਉਹ ਬਰਕਰਾਰ ਰਹੇ ਔਰ ਹਰ ਵਕਤ ਉੱਚਾਈ ਦੀ ਬੁਲੰਦੀਆਂ ਨੂੰ ਛੂੰਦਾ ਰਹੇ। ਸੋ ਉਸ ਉਪਰਾਲੇ ਨੂੰ ਲੈ ਕੇ ਵਾਸ਼ਿੰਗਟਨ ਡੀ ਸੀ ਦੇ ਵਿੱਚ ਸਿੱਖ ਡੇ ਪਰੇਡ ਕੱਢੀ ਜਾ ਰਹੀ ਹੈ। ਅੱਜ ਆਪਾਂ ਉਹਦੀ ਬਣਤਰ, ਉਹਦਾ ਕਾਰਨ, ਉਹ ਕਿਉਂ ਕੀਤੀ ਜਾ ਰਹੀ ਹੈ, ਕਿਵੇਂ ਕੀਤੀ ਜਾ ਰਹੀ ਹੈ, ਇਹਦਾ ਸਬਬ ਕਿਵੇਂ ਬਣਿਆ, ਉਹ ਸਾਰੇ ਆਪਾਂ ਵਿਚਾਰ ਇਹਨਾਂ ਦੇ ਸੁਣਾਂਗੇ। ਪਰ ਪਹਿਲਾਂ ਤੁਹਾਡੀ ਇਜਾਜ਼ਤ ਨਾਲ ਤੁਹਾਨੂੰ ਨਾਲ ਲੈ ਕੇ ਮੈਂ ਵੈਲਕਮ ਕਰਨਾ ਚਾਹੁੰਦਾ ਸਰਦਾਰ ਪਵਨ ਸਿੰਘ ਹੋਣਾ ਨੂੰ। ਪਵਨ ਜੀ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਫੋਰ ਹੈਵਿੰਗ ਮੀ ਹੇਅਰ, ਥੈਂਕ ਯੂ ਮਾਈ ਟੀਵੀ ਐਂਡ ਦ ਟੀਮ। ਯੂ ਆਰ ਵੈਰੀ ਵੈਲਕਮ ਸਰ, ਯੂ ਡਿਜ਼ਰਵ ਦਿਸ ਓਪਰਚੁਨਿਟੀ ਫੋਰ ਬੀਂਗ ਯੂ ਕੈਰਿੰਗ ਔਨ ਸੱਚ ਅ ਗੁੱਡ ਕੌਜ਼। ਇਹ ਸਿੱਖ ਡੇ ਪਰੇਡ ਜਿਹੜੀ ਵਾਸ਼ਿੰਗਟਨ ਡੀ ਸੀ 'ਚ ਹੋ ਰਹੀ ਹੈ, ਪਹਿਲਾਂ ਮੈਂ ਚਾਹਾਂਗਾ ਕਿ ਤੁਸੀਂ ਸਾਨੂੰ ਥੋੜ੍ਹਾ ਜਿਹਾ ਉਹਦਾ ਦਿਨ ਤਾਂ ਅਤੇ ਥੋੜ੍ਹੀ ਜਿਹੀ ਬਣਤਰ ਸਾਡੇ ਵਿਊਜ਼ ਨਾਲ ਸਾਂਝੀ ਪਾ ਲਓ ਪਲੀਜ਼। ਹਾਂਜੀ, ਇਹ ਸਿੱਖ ਡੇ ਪਰੇਡ ਐਂਡ ਫਰੀਡਮ ਮਾਰਚ ਜੋ ਹੈ, ਇਹ ਅਪ੍ਰੈਲ 7, 2018 ਨੂੰ 12 ਵਜੇ ਕੌਂਸਟੀਟਿਊਸ਼ਨ 'ਤੇ 21 Street ਤੋਂ ਸ਼ੁਰੂ ਹੋਏਗਾ। ਇਟ ਵਿਲ ਬੀ ਹੈਲਡ ਔਨ April 7th ਸਟਾਰਟਿੰਗ ਐਟ ਕੌਂਸਟੀਟਿਊਸ਼ਨ ਐਂਡ 21st Street ਐਂਡ ਇਟ ਵਿਲ ਗੋ ਆਲ ਦ ਵੇ ਟੂ ਕੈਪੀਟਲ ਹਿੱਲ ਐਂਡ ਵਾਂਸ ਅਗੇਨ ਇਟਸ ਗੋਇੰਗ ਟੂ ਸਟਾਰਟ ਐਟ 12 noon। ਸੋ 12 ਵਜੇ 7 April ਨੂੰ, ਦਿਨ ਸ਼ਨੀਵਾਰ ਹੈ ਜੀ। ਆਪਾਂ ਜਿਵੇਂ ਹਰ ਸਾਲ ਕੌਂਸਟੀਟਿਊਸ਼ਨ ਐਵਨਿਊ 'ਤੇ ਇਕੱਠੇ ਹੁੰਦੇ ਹਾਂ, ਉੱਥੋਂ ਇਹ ਪਰੇਡ ਚੱਲਦੀ ਹੈ। ਪਰੇਡ ਹਰ ਸਾਲ ਹੁੰਦੀ ਹੈ, ਲੇਕਿਨ ਇਸ ਸਾਲ ਇਹ ਪਰੇਡ ਆਪਣੇ ਆਪ 'ਚ ਇੱਕ ਬਹੁਤ ਹੀ ਮਹੱਤਵਪੂਰਨ ਪਰੇਡ ਬਣ ਜਾ ਰਹੀ ਹੈ। ਪ੍ਰੋਗਰਾਮ ਦੇ ਅੱਗੇ ਚੱਲ ਕੇ ਕਿਉਂ ਬਣ ਜਾ ਰਹੀ ਹੈ ਔਰ ਕਿਉਂ ਇਹ ਉਮੀਦ ਕੀਤੀ ਜਾ ਸਕਦੀ ਹੈ, ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਪਵਨ ਜੀ, ਵਾਈ ਇਜ਼ ਇਟ ਸੋ ਇੰਪੋਰਟੈਂਟ ਕਿ ਵਾਸ਼ਿੰਗਟਨ ਡੀ ਸੀ ਦੇ ਵਿੱਚ ਪਰੇਡ ਕੱਢੀ ਜਾਵੇ, ਜਦੋਂ ਕਿ ਨਿਊਯਾਰਕ ਦੇ ਵਿੱਚ ਪਰੇਡ ਹੁੰਦੀ ਹੈ, ਹੋਰ ਥਾਵਾਂ ਦੇ ਵਿੱਚ ਸਿੱਖ ਪਰੇਡ ਹੁੰਦੀ ਹੈ, ਈਸਟ ਕੋਸਟ 'ਤੇ? ਕੀ ਨਿਊਯਾਰਕ ਦੀ ਪਰੇਡ ਜਿਹੜੀ ਉਹ ਇਕੱਲੀ ਆਪਣੇ ਆਪ 'ਚ ਜਿਹੜਾ ਇਨਫ ਨਹੀਂ ਹੈਗੀ? ਗੱਲ ਤੁਹਾਡੀ ਬਿਲਕੁਲ ਸਹੀ ਹੈ। ਨਿਊਯਾਰਕ ਦੀ ਪਰੇਡ ਜਿਹੜੀ ਕਿ ਇੱਕ ਵੇਖਣ ਵਾਲੀ ਹੈ, ਸਾਡੀ ਈਸਟ ਕੋਸਟ ਦੀ ਸਭ ਤੋਂ ਵੱਡੀ ਪਰੇਡ ਜਿਹੜੀ ਹੈ, ਉਹ ਨਿਊਯਾਰਕ ਦੇ ਵਿੱਚ ਹੁੰਦੀ ਹੈ। ਰਾਈਟ। ਪਰ ਅਸੀਂ ਵਾਸ਼ਿੰਗਟਨ ਡੀ ਸੀ ਦੇ ਵਸਿੰਦੇ ਹੋਇਆਂ, ਇੱਥੇ ਵੱਸਦੇ ਹੋਇਆਂ, ਅਸੀਂ ਇਹ ਫੀਲ ਕਰਦੇ ਹਾਂ ਕਿ ਜਿਹੜੀ ਦੁਨੀਆ ਦੀ ਸਭ ਤੋਂ ਤਾਕਤਵਰ ਸ਼ਹਿਰ ਹੈ ਵਾਸ਼ਿੰਗਟਨ ਡੀ ਸੀ, ਉੱਥੋਂ ਜੇ ਅਸੀਂ ਕੁਝ ਖਲੋ ਕੇ ਬੋਲਾਂਗੇ ਤਾਂ ਦੁਨੀਆ ਸੁਣੇਗੀ ਸਾਨੂੰ। ਸੋ ਇਸ ਕਰਕੇ ਜਿਹੜੀ ਵਾਸ਼ਿੰਗਟਨ ਡੀ ਸੀ ਦੀ ਪਰੇਡ ਹੈ, ਇਹ ਪੋਲੀਟੀਕਲੀ ਵੀ ਬਹੁਤ ਜ਼ਿਆਦਾ ਇੰਪੋਰਟੈਂਸ ਰੱਖਦੀ ਹੈ। ਮੈਂ ਅਕਸਰ ਕਹਿੰਦਾ ਹੁੰਦਾ ਕਿ ਡੀ ਸੀ ਦੁਨੀਆ ਦੀ ਰਾਜਧਾਨੀ ਹੈ, ਸਿਰਫ ਅਮੈਰੀਕਾ ਦੀ ਰਾਜਧਾਨੀ ਨਹੀਂ ਬਲਕਿ ਦੁਨੀਆ ਦੀ ਰਾਜਧਾਨੀ ਹੈ। ਹਾਂਜੀ, ਸਾਡੀ ਜਿਹੜੀ ਤੁਸੀਂ ਬਿਲਡਿੰਗ ਪਿੱਛੇ ਦੇਖ ਰਹੇ ਹੋ ਪ੍ਰੋਗਰਾਮ ਦੇ ਵਿੱਚ, ਸਾਡੇ ਇਹ ਦੁਨੀਆ ਦੀ ਹੀ ਬਿਲਡਿੰਗ ਮੰਨੀ ਜਾਂਦੀ ਹੈ, ਕੈਪੀਟਲ ਪਾਰਲੀਮੈਂਟ ਬਿਲਡਿੰਗ ਹੈ ਸਾਡੀ। ਸੋ ਇਸੇ ਕਰਕੇ ਮਹੱਤਤਾ ਰੱਖਦੀ ਹੈ, ਬਿਕੋਜ਼ ਦੈਟ ਇਜ਼ ਵੇਅਰ ਪੀਪਲ ਫਰੋਮ ਐਵਰੀ ਪਾਰਟ ਆਫ ਦ ਕੋਰਨਰ, ਅਮੈਰੀਕਾ ਅਤੇ ਦੁਨੀਆ ਦੇ ਹਰ ਹਿੱਸੇ ਤੋਂ ਲੋਕ ਪਹੁੰਚਦੇ ਨੇ। ਸੋ ਇੱਕ ਆਈਡੈਂਟੀ ਆਪਣੇ ਆਪ 'ਚ ਬਣੇਗੀ। ਜੋ ਸੁਣ ਨੂੰ ਆਇਆ ਕਿ ਇਹ ਪਰੇਡ ਦੀ ਜਿਹੜੀ ਗਿਣਤੀ ਹੈ ਐਤਕੀ ਜਾਂ ਨੰਬਰ ਵਾਈਜ਼ ਬਹੁਤ ਹੀ ਵੱਧ ਜਾ ਰਹੀ ਹੈ, ਇਹ ਉਮੀਦ ਕੀਤੀ ਜਾਂਦੀ ਹੈ, ਵਾਈ ਇਜ਼ ਇਟ ਦੈਟ? ਕਿ ਇਹ ਤੁਸੀਂ ਉਮੀਦ ਕਰਦੇ ਹੋ ਕਿ ਇਹਦੀ ਗਿਣਤੀ ਬਹੁਤ ਐਤਕੀ ਵੱਡੀ ਹੋਵੇਗੀ? ਬਿਲਕੁਲ ਜੀ, ਕਿਉਂਕਿ ਜਦ 2015 ਦੇ ਵਿੱਚ ਬਰਗਾੜੀ ਕਾਂਡ ਤੋਂ ਬਾਅਦ ਇੱਕ ਨਵੀਂ ਔਰਗਨਾਈਜੇਸ਼ਨ ਹੋਂਦ ਦੇ ਵਿੱਚ ਆਈ ਸੀ, ਜਿਸ ਦਾ ਨਾਮ ਹੈ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ, ਜਿਸ ਦੇ ਵਿੱਚ ਨਾ ਕਿ ਸਿਰਫ ਈਸਟ ਕੋਸਟ ਦੇ ਗੁਰਦੁਆਰਾ ਸਾਹਿਬਾਨ ਬਲਕਿ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਨੇ, ਉਹਨਾਂ ਨੇ ਮੈਂਬਰਸ਼ਿਪ ਲਈ ਹੋਈ ਹੈ, ਉਹਦੇ ਵਿੱਚ ਐਕਟਿਵਲੀ ਪਾਰਟਿਸਪੇਟ ਕਰਦੇ ਨੇ, ਹਿੱਸਾ ਲੈਂਦੇ ਨੇ, ਆਮ ਸੰਗਤਾਂ ਜੋ ਹਰ ਕੋਈ ਨਾਨਕ ਨਾਮ ਲੇਵਾ ਸਿੱਖ ਹੈ ਇਸ ਔਰਗਨਾਈਜੇਸ਼ਨ ਦਾ ਹਿੱਸਾ ਬਣ ਰਿਹਾ, ਉਹਨਾਂ ਦਾ ਜਿਹੜਾ ਜੋ ਆਪਣੀ ਉਹ ਕੰਟਰੀਬਿਊਸ਼ਨ ਕਰਦੇ ਨੇ ਉਹਨੂੰ ਸੁਣਿਆ ਜਾਂਦਾ, ਵਿਚਾਰਿਆ ਜਾਂਦਾ, ਫਿਰ ਉਸ ਨੂੰ ਅੱਗੇ ਲੈ ਕੇ ਆਉਂਦਾ ਜਾਂਦਾ। ਇਸ ਲਈ ਹਰ ਵਰਗ ਦੇ ਜਿਹੜੇ ਸਿੱਖ ਨੇ, ਬੱਚੇ, ਬਜ਼ੁਰਗ, ਮਿਡਲ ਏਜਡ, ਸਾਰੇ ਹੀ ਇਸ ਦੇ ਵਿੱਚ ਪਾਰਟੀਸਪੇਟ ਕਰਨ ਲਈ ਬਹੁਤ ਉਤਸ਼ਾਹਿਤ ਨੇ। ਸਾਨੂੰ ਹਰ ਪਾਸਿਓਂ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ, ਪੋਜ਼ਿਟਿਵ ਨੋਟਸ ਜੋ ਨੇ ਉਹ ਸਾਨੂੰ ਮਿਲ ਰਹੇ ਨੇ ਇਸ ਦੇ। ਕਿੰਨੀਆਂ ਕੁ ਮੀਟਿੰਗਸ ਕੀਤੀਆਂ ਗਈਆਂ ਪਵਨ ਜੀ ਇਸ ਚੀਜ਼ ਨੂੰ ਸਕਸੈਸਫੁਲ ਕਰਨ ਲਈ? ਕਿੰਨੇ ਕੁ ਉਪਰਾਲੇ ਹੁਣ ਤੱਕ ਲੱਗੇ ਨੇ? ਸਾਲ 2018 ਦੀ ਪਰੇਡ ਦੇ ਲਈ ਹੁਣ ਤੱਕ 3 ਹੋ ਚੁੱਕੀਆਂ ਨੇ। ਜਿਹੜੀ ਚੌਥੀ ਮੀਟਿੰਗ ਹੈ ਉਹ ਗੁਰਦੁਆਰਾ ਸਿੰਘ ਸਭਾ ਬਰੈਡਕ ਰੋਡ 24 March ਨੂੰ ਹੋ ਰਹੀ ਹੈ, ਅਤੇ ਉਹਦੇ ਵਿੱਚ ਸਾਰੇ ਲੋਕਲ ਗੁਰਦੁਆਰਾ ਪਾਰਟੀਸਪੇਟਿੰਗ,
ਉਸ ਦੇ ਵਿੱਚ ਇਕੱਲੇ ਲੋਕਲ ਨਹੀਂ, ਉਸ ਦੇ ਵਿੱਚ ਪੂਰੇ ਈਸਟ ਕੋਸਟ ਅਤੇ ਗੁਰਦੁਆਰਾ ਸਾਹਿਬਾਨ ਦੇ ਜਿਹੜੇ ਮੈਂਬਰ ਨੇ ਅਤੇ ਹੋਰ ਵੀ ਜਥੇਬੰਦੀਆਂ, ਮੈਂ ਇੱਕ ਦੋ ਦਾ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਫਿਰ ਬਾਕੀ ਰਹਿ ਜਾਣਗੇ, ਪਰ ਮੈਂ ਇਹ ਕਹਾਂਗਾ ਕਿ ਹਰ ਕੋਈ ਜਿਸ ਨੂੰ ਵੀ ਪੰਥ ਦੇ ਪ੍ਰਤੀ ਕੌਮ ਦੇ ਪ੍ਰਤੀ ਕੋਈ ਦਰਦ ਹੈ, ਕੋਈ ਸੇਵਾ ਕਰਨਾ ਚਾਹੁੰਦਾ ਹੈ, ਉੱਥੇ ਹੁੰਮ ਹੁਮਾ ਕੇ ਪਹੁੰਚ ਰਹੇ ਨੇ। ਮਾਰਚ 24 ਦਿਨ ਸ਼ਨਿਚਰਵਾਰ, ਸਿੰਘ ਸਭਾ ਗੁਰਦੁਆਰਾ ਬਰੈਡਕ ਰੋਡ ਵਰਜੀਨੀਆ। ਸੋ ਨਾਲ ਹੀ ਵਿਊਜ਼ ਨੂੰ ਜਿਹੜੇ ਤੁਸੀਂ ਸੁਣ ਰਹੇ ਹੋ, ਐਜ਼ ਹੀ ਸੈਡ ਇਟ, ਕਿ ਇਹ ਮੀਟਿੰਗਸ ਦੇ ਵਿੱਚ ਤੁਸੀਂ ਵੀ ਪਹੁੰਚ ਕੇ ਆਪਣੇ ਜਿਹੜੇ ਵਿਊਜ਼ ਨੇ ਉਹ ਸਾਂਝੇ ਕਰ ਸਕਦੇ ਹੋ, ਕਿਉਂਕਿ ਸਭ ਦੀ ਕਲੈਕਟਿਵ ਐਫਰਟਸ ਦੀ ਲੋੜ ਹੈ ਇਹਨੂੰ ਸਕਸੈਸ ਬਣਾਉਣ ਲਈ। ਹਰ ਸਿੱਖ ਦਾ ਫਰਜ਼ ਬਣਦਾ ਕਿ ਉਹ ਹੰਭਲਾ ਮਾਰੇ ਤਾਂ ਜੋ ਜਿਹੜੀ ਇਹ ਸਾਡੀ ਮਿਸ ਆਈਡੈਂਟੀ ਹੈ ਉਹਨੂੰ ਦੂਰ ਕਰਕੇ ਅਸੀਂ ਇੱਕ ਵੱਖਰੀ ਕੌਮ ਦਾ ਜਿਹੜਾ ਸਾਡਾ ਹੈਗੀ ਹੈ ਉਹ ਇੱਕ ਉਹਦੀ ਪਹਿਚਾਣ ਅੱਗੇ ਲਿਆ ਸਕੀਏ। ਹਾਂਜੀ, ਵੈਰੀ ਟਰੂ। ਸੋ ਪ੍ਰੋਗਰਾਮ ਨੂੰ ਅੱਗੇ ਬਰਕਰਾਰ ਰੱਖਦੇ ਹਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਅਤੇ ਸਰਦਾਰ ਪਵਨ ਸਿੰਘ ਹੋਣਾ ਨਾਲ ਹੋਰ ਵੀ ਗੱਲਾਂ ਕਰਾਂਗੇ। ਸੋ ਪਲੀਜ਼ ਡੋਂਟ ਗੋ ਅਵੇ, ਸਟੇ ਵਿਦ ਅਸ। ਕੁਲਦੀਪ ਗਿੱਲ, ਹਮ ਬ੍ਰੋਕਰ ਆਫ ਸਕਾਈ ਰਿਐਲਟੀ। ਦ ਰੀਜ਼ਨ ਵੀ ਆਰ ਸੋ ਸਕਸੈਸਫੁਲ ਬਿਕੋਜ਼ ਕਲਾਇੰਟ ਟਰਸਟ ਅਸ। I've been doing this my whole life. My team is my wife, my office manager, and my agents. We look forward to earn your business and we do speak your language. Thank you. ਬ੍ਰੇਕ ਤੋਂ ਬਾਅਦ ਸਵਾਗਤ ਤੁਹਾਡਾ ਸਾਰਿਆਂ ਦਾ ਜੀ ਤੁਹਾਡੇ ਆਪਣੇ ਪ੍ਰੋਗਰਾਮ ਡੀਸੀ ਨਾਈਟ ਵਿਦ ਪੌਲ ਬਾਠ, ਔਰ ਮੇਰੇ ਨਾਲ ਅੱਜ ਸਰ ਪਵਨ ਸਿੰਘ, ਹੂ ਇਜ਼ ਅ ਸਪੋਕਸਪਰਸਨ ਫੋਰ ਸਿੱਖ ਡੇ ਪਰੇਡ 2018 ਜੋ ਵਾਸ਼ਿੰਗਟਨ ਡੀਸੀ 'ਚ 7 ਅਪ੍ਰੈਲ ਨੂੰ ਹੋਣ ਜਾ ਰਹੀ ਹੈ। ਪਵਨ ਜੀ, ਇੱਕ ਸਿੰਪਲ ਕੁਐਸਚਨ ਹੈ, ਕਈ ਵਾਰੀ ਇਹ ਦੇਖਣ ਨੂੰ ਆਇਆ ਔਰ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ, ਬਟ ਇਟਸ ਅ ਰਿਐਲਿਟੀ, ਕਿ ਸਾਨੂੰ ਧੱਕਾ ਲਾਉਣਾ ਪੈਂਦਾ। ਹਾਂਜੀ, ਕਈ ਵਾਰੀ ਮੈਨੂੰ ਵੀ ਧੱਕੇ ਦੀ ਲੋੜ ਪੈਂਦੀ ਹੈ ਕੋਈ ਕਾਰਜ ਕਰਨ ਲਈ। ਸੋ ਸਿੰਪਲੀ ਇਹ ਹੈ ਕਿ ਵਾਈ ਸ਼ੁੱਡ ਅ ਸਿੱਖ ਬੀ ਅਟੈਂਡਿੰਗ ਦੈਟ, ਮੈਂ ਕਿਉਂ ਜਾਵਾਂ ਤੁਹਾਡੀ ਪਰੇਡ ਦੇ ਵਿੱਚ? ਹਾਂਜੀ, ਇਹ ਮੈਂ ਗੱਲ ਦਾ ਜੋ ਜਵਾਬ ਹੈ ਤੁਹਾਡੇ ਕੁਐਸਚਨ ਦਾ, ਇਹ ਮੈਂ ਆਪਣੇ ਪਰਸਨਲ ਲਾਈਫ ਤੋਂ ਸ਼ੁਰੂ ਕਰਾਂਗਾ। ਸਾਲ 2001 ਦੀ ਗੱਲ ਹੈ ਜਦੋਂ ਅਸੀਂ ਪੰਜਾਬ ਤੋਂ ਇੱਥੇ ਮੂਵ ਹੋਏ ਵਰਜੀਨੀਆ ਦੇ ਵਿੱਚ, ਅਤੇ ਸਪਟੰਬਰ 11th ਨੂੰ ਜਦੋਂ ਅਟੈਕ ਹੋਏ, ਅਤੇ ਉਸ ਤੋਂ ਬਾਅਦ ਜੋ ਕੁਝ ਅਸੀਂ ਤਨ 'ਤੇ ਹੰਢਾਇਆ ਉਹ ਅਸੀਂ ਜਾਣਦੇ ਹਾਂ ਜਾਂ ਸਾਡਾ ਰੱਬ ਜਾਣਦਾ ਜੀ। ਮੈਂ 8ਵੀਂ ਜਮਾਤ ਦਾ ਵਿਦਿਆਰਥੀ ਸੀ, ਅਤੇ ਜਦੋਂ ਸਕੂਲੇ ਜਾਣਾ ਅਤੇ ਉਹਨਾਂ ਨੇ ਇਸ ਕਰਕੇ ਹੇਟ ਨਹੀਂ ਕਰਨੀ ਕਿ ਇਹ ਸਿੱਖ ਹੈ, ਉਹ ਹੇਟ ਇਸ ਕਰਕੇ ਕਰਦੇ ਸੀਗੇ ਕਿ ਸ਼ਾਇਦ ਇਹ ਮੁਸਲਮਾਨ ਹੈ। ਭਾਵੇਂ ਸਾਡੇ ਲਈ ਕੋਈ ਮੁਸਲਮਾਨ ਹੋਵੇ, ਹਿੰਦੂ ਹੋਵੇ, ਕ੍ਰਿਸਚਨ ਹੋਵੇ, ਹੇਟਰਡ ਦਾ ਸਿੱਖ ਦੇ ਜੀਵਨ ਦੇ ਵਿੱਚ ਕਿਤੇ ਵੀ ਕੋਈ ਵੀ ਹਿੱਸਾ ਨਹੀਂ ਹੈ। ਬੇਸਿਕਲੀ ਉਹ ਤਾਲਿਬਾਨ ਨਹੀਂ ਸਮਝਦੇ ਸੀ, ਤਾਲਿਬਾਨ ਨਹੀਂ ਸਮਝਦੇ ਸੀ, ਬਿਲਕੁਲ। ਸੋ ਉਦੋਂ ਇੱਕ ਬੱਚਾ ਜਿੰਨੀ ਕੁ ਸੋਚ ਰੱਖ ਸਕਦਾ ਹੈ, ਉਦੋਂ ਵੀ ਆਪਣਾ ਸਕੂਲ ਵਾਲਿਆਂ ਦੇ ਨਾਲ ਉੱਥੇ ਜਾ ਕੇ ਜੋ ਮੋਰਨਿੰਗ ਨਿਊਜ਼ ਹੁੰਦੀਆਂ ਉੱਥੇ ਦੱਸਿਆ ਕਿ ਸਿੱਖ ਕੌਣ ਨੇ, ਔਰ ਨਾਲ ਨਾਲ ਅਸੀਂ ਇਹ ਵੀ ਦੱਸਦੇ ਸੀਗੇ ਕਿ ਜੇ ਮੈਂ ਮੁਸਲਮਾਨ ਨਹੀਂ ਹਾਂ ਤਾਂ ਮਤਲਬ ਇਹ ਨਹੀਂ ਹੈ ਕਿ ਤੁਸੀਂ ਮੁਸਲਮਾਨ ਨੂੰ ਜਾ ਕੇ ਅਟੈਕ ਕਰੋ, ਇਹ ਦੱਸਣਾ ਕਿ ਅਸੀਂ ਕੀ ਹਾਂ, ਨਾ ਕਿ ਰੈਦਰ ਦੈਨ ਕਿ ਯੂ ਕਿਕ ਦ ਕੈਨ। ਐਗਜ਼ੈਕਟਲੀ। ਸੋ ਜਦੋਂ ਉਦੋਂ ਸੰਘਰਸ਼ ਚੱਲਦਾ ਰਿਹਾ, ਫਿਰ ਹਾਈ ਸਕੂਲ ਗਏ, ਉੱਥੇ ਵੀ ਬਹੁਤ ਕੁਝ ਜਰਿਆ, ਬਹੁਤ ਕੁਝ ਵੱਖਰੇ ਵੱਖਰੇ ਕਮੈਂਟਸ ਤੁਹਾਨੂੰ ਬੱਚੇ ਕਰਦੇ ਨੇ, ਉਮਰ ਹੁੱਲੜ ਪੁਣੇ ਵਾਲੀ ਹੁੰਦੀ ਹੈ, ਅਤੇ ਜੋ ਵੀ ਉਹਨਾਂ ਦੇ ਮਨ ਦੇ ਵਿੱਚ ਆਉਂਦਾ ਹੈ ਉਹ ਕਹਿੰਦੇ ਨੇ, ਪਰ ਹਮੇਸ਼ਾ ਹੀ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਰਦਾਸ ਕਰਕੇ ਪਰਮਾਤਮਾ ਬਲ ਬਖਸ਼ੀ ਕਿ ਇਹਨਾਂ ਨੂੰ ਆਪਾਂ ਆਪਣੀ ਪਹਿਚਾਣ ਦੇ ਬਾਰੇ ਦੱਸ ਸਕੀਏ। ਫਿਰ ਕਾਲਜ ਦੇ ਵਿੱਚ ਵੀ ਗਏ, ਉੱਥੇ ਵੀ ਜਿਹੜੀ ਸਟੂਡੈਂਟ ਸੈਨੇਟ ਸੀਗੀ, ਰੋਕਦੇ ਤੇ ਇਫ ਕਰੈਕਟ ਮੀ ਇਫ ਆਮ ਰੋਂਗ, ਤੁਸੀਂ ਉਸੇ ਸਕੂਲ ਜਿੱਥੇ ਗੱਲਾਂ ਸਾਰੀਆਂ ਨੇ ਉਹਦੇ ਪ੍ਰੈਜ਼ੀਡੈਂਟ ਵੀ ਰਹੇ ਹੋ, ਐਮ ਆਈ ਕਰੈਕਟ? ਹਾਂਜੀ, ਹਾਈ ਸਕੂਲ ਦੇ ਵਿੱਚ ਜੋ ਇਲੈਕਸ਼ਨ ਸੀਗੀ ਉਹ ਲੜੀ ਸ਼ੌਕੀਆ ਤੌਰ 'ਤੇ ਇਸੇ ਕਰਕੇ ਕਿ ਇਹਨਾਂ ਨੂੰ ਪਤਾ ਲੱਗੇ ਕਿ ਹਾਂ, ਇੱਕ ਪੱਗ ਵਾਲਾ ਵੀ ਜੋ ਹੈ ਉਹ ਇੱਕ ਪ੍ਰੈਜ਼ੀਡੈਂਟ ਸਟੂਡੈਂਟ ਯੂਨੀਅਨ ਦਾ ਬਣ ਸਕਦਾ ਹੈ। ਉਹ ਇੱਕ ਬਹੁਤ ਵੱਡੀ ਮਿਸਾਲ ਸੀਗੀ ਸਾਡੇ ਸਿੱਖ ਬੱਚਿਆਂ ਦੇ ਲਈ ਕਿ ਹਰ ਕਿਸੇ ਬੱਚੇ ਨੂੰ ਇੱਕ ਰੋਲ ਮਾਡਲ ਚਾਹੀਦਾ ਹੁੰਦਾ ਹੈ, ਔਰ ਜਦੋਂ ਹਾਈ ਸਕੂਲ ਦੇ ਵਿੱਚ ਜਾਂਦੇ ਹਾਂ, ਜਦੋਂ ਉਹ ਦੇਖਦੇ ਨੇ ਕਿ ਹਾਂ ਇੱਕ ਦੂਸਰਾ ਜੋ ਪਗੜੀ ਵਾਲਾ ਹੈ, ਜਿਵੇਂ ਸਰਦਾਰ ਜਗਮੀਤ ਸਿੰਘ ਹੋਣੀ ਨੇ ਕੈਨੇਡਾ ਦੇ, ਉਹ ਸਾਡੇ ਸਾਰਿਆਂ ਦੇ ਇੱਕ ਰੋਲ ਮਾਡਲ ਨੇ, ਔਰ ਇਹੀ ਰੋਲ ਮਾਡਲ ਜੋ ਉਸ ਵੇਲੇ ਹਾਈ ਸਕੂਲ ਦੇ ਜਾਂ ਮਿਡਲ ਸਕੂਲ ਦੇ ਬੱਚੇ ਸੀ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਸੀਗੀ, ਔਰ ਪਰਮਾਤਮਾ ਨੇ ਬਹੁਤ ਸਫਲਤਾ ਬਖਸ਼ੀ ਸੀਗੀ। ਅਤੇ ਇਸ ਤੋਂ ਬਾਅਦ ਜਿਵੇਂ ਸਾਡਾ ਸੰਘਰਸ਼ ਜਾਰੀ ਹੈ, ਜਦੋਂ ਅਮਰੀਕਾ ਕੋਈ ਵੀ ਕਮਿਊਨਿਟੀ ਆਉਂਦੀ ਹੈ ਨਾ, ਤਾਂ ਉਹ ਪਹਿਲਾਂ ਡਿਸਕ੍ਰਿਮੀਨੇਸ਼ਨ ਫੇਸ ਕਰਦੇ ਨੇ, ਫਿਰ ਉਸ ਡਿਸਕ੍ਰਿਮੀਨੇਸ਼ਨ ਤੋਂ ਉਹਨਾਂ ਨੂੰ ਇੰਸਪੀਰੇਸ਼ਨ ਮਿਲਦੀ ਹੈ, ਫਿਰ ਉਹ ਕਲੈਕਟਿਵਲੀ ਐਜ਼ ਅ ਕਮਿਊਨਿਟੀ ਇੰਨੀ ਕੁ ਜ਼ਿਆਦਾ ਤਰੱਕੀ ਕਰਦੇ ਨੇ
ਕਿ ਹਾਂ ਅਸੀਂ ਇੱਕ ਤਾਂ ਆਪਣੀ ਪਹਿਚਾਣ ਦੱਸਣੀ ਹੈ, ਇੱਕ ਅਸੀਂ ਆਪਣੀ ਪਰਸਨਲ ਲਾਈਫ ਵੀ ਅਪਲਿਫਟ ਕਰਨੀ ਹੈ। ਪਰਸਨਲ ਲਾਈਫ ਅਪਲਿਫਟ ਕਰਦਿਆਂ ਨਾਲ ਨਾਲ ਅਸੀਂ ਆਪਣੀ ਕਮਿਊਨਿਟੀ ਨੂੰ ਪੇ ਬੈਕ ਵੀ ਕਰਨਾ ਹੈ। ਜਿਵੇਂ ਕਿ ਅਸੀਂ ਇਗਜ਼ਾਮਪਲ ਲੈਂਦੇ ਹਾਂ ਜੋਸ਼ ਦੀ, ਜਦੋਂ ਵਰਲਡ ਵਾਰ ਟੂ ਦੇ ਵਿੱਚ ਉਹਨਾਂ ਦੇ ਨਾਲ ਹੋਲੋਕਾਸਟ ਹੋਇਆ, ਉਹਨਾਂ ਨੇ ਉਸ ਤੋਂ ਬਾਅਦ ਇੰਨੀ ਕੁ ਜ਼ਿਆਦਾ ਤਰੱਕੀ ਕੀਤੀ, ਆਪਣੇ ਆਪ ਨੂੰ ਇੰਨਾ ਸਟਰੋਂਗ ਕੀਤਾ। ਅਸੀਂ ਕਹਿੰਦੇ ਹਾਂ ਕਿ ਅਸੀਂ ਮਾਇਨੋਰਟੀਜ਼ ਹਾਂ, ਜੂਸ਼ ਵੀ ਇੱਕ ਬਹੁਤ ਛੋਟੀ ਜਿਹੀ ਮਾਇਨੋਰਟੀ ਨੇ, ਉਹਨਾਂ ਦੇ ਨੰਬਰਸ ਕੋਈ ਜ਼ਿਆਦਾ ਨਹੀਂਗੇ, ਪਰ ਉਹਨਾਂ ਨੇ ਆਪਣੇ ਆਪ ਨੂੰ ਮਜ਼ਬੂਤ ਕੀਤਾ ਹੋਇਆ। ਚਾਹੇ ਬਿਜ਼ਨਸ ਲੈ ਲਓ, ਜਦੋਂ ਤੁਸੀਂ ਬਿਜ਼ਨਸ ਦੇ ਵਿੱਚ ਜਾਂਦੇ ਹੋ ਤੁਹਾਡੇ ਕੋਲ ਪੈਸਾ ਹੁੰਦਾ, ਤੁਸੀਂ ਉਸ ਪੈਸੇ ਦੀ ਚੰਗੀ ਵਰਤੋਂ ਕਰਕੇ ਪੋਲੀਟੀਕਲ ਸਿਸਟਮ ਦੇ ਵਿੱਚ ਪਾਰਟੀਸਪੇਟ ਕਰਦੇ ਹੋ, ਗ੍ਰੈਸ ਰੂਟ ਮੂਵਮੈਂਟਸ ਜਿਹੜੀਆਂ ਨੇ ਜਦੋਂ ਉੱਥੇ ਪਾਰਟੀਸਪੇਟ ਕਰਦੇ ਹੋ, ਫਿਰ ਜਿਹੜੇ ਪੋਲੀਟੀਸ਼ੀਅਨਸ ਨੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇੱਕ ਬਹੁਤ ਵੱਡਾ ਇਹ ਵੋਟਰ ਬਲਾਕ ਹੈ। ਹੁਣ ਜਿਵੇਂ ਕਿ ਕੈਨੇਡਾ ਦੇ ਵਿੱਚ ਸਾਡੇ ਸਿੱਖਾਂ ਦਾ ਇੱਕ ਵੋਟਿੰਗ ਬਲਾਕ ਜੋ ਹੈ ਉਹ ਬਹੁਤ ਇੰਪੋਰਟੈਂਟ ਵੋਟਿੰਗ ਬਲਾਕ ਬਣ ਚੁੱਕਿਆ ਹੋਇਆ। ਦੇ ਕੈਨ ਨਾਟ ਇਗਨੋਰ ਕੈਨੇਡੀਅਨ ਸਿੱਖਸ ਐਂਡ ਟ੍ਰਾਈ ਟੂ ਫੋਰਮ ਏ ਪੋਲਿਸੀ, ਨਾਟ ਓਨਲੀ ਡੋਮੈਸਟਿਕ ਪੋਲਿਸੀ ਪਰ ਇੱਥੋਂ ਤੱਕ ਕਿ ਅੱਜ ਜਿਹੜੀ ਉਹਨਾਂ ਦੀ ਇੰਟਰਨੈਸ਼ਨਲ ਪੋਲੀਟਿਕਸ ਹੈ ਉਹਦੇ ਜਿਹੜੇ ਫਰੰਟ ਜਿਹੜੀ ਮੋਰਲੀ ਕਤਾਰ ਹੈ ਉਹਦੇ ਵਿੱਚ ਸਿੱਖ ਬੈਠੇ ਹੋਏ ਨੇ। ਇਹੀ ਕਾਰਨ ਹੈ, ਵਨ ਆਫ ਦ ਰੀਜ਼ਨਸ, ਕਿ ਟਰੂਡੋ ਸਾਹਿਬ ਪੰਜਾਬ ਦਾ ਚੱਕਰ ਲਾ ਕੇ ਆਏ ਨੇ। ਬਿਲਕੁਲ ਜੀ, ਹੁਣ ਜਦੋਂ ਵੀ ਕੋਈ ਅਮੈਰੀਕਾ ਦਾ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਨਹੀਂ, ਜਦੋਂ ਵੀ ਕੋਈ ਅਮੈਰੀਕਾ ਦਾ ਪ੍ਰੈਜ਼ੀਡੈਂਟ ਜੋ ਹੈ ਉਹ ਬਣਨਾ ਚਾਹੁੰਦਾ ਹੈ, ਜੋ ਹੋਪਫੁਲ ਹੁੰਦਾ ਹੈ, ਜਾਂ ਸੈਕਿੰਡ ਟਰਮ ਦੇ ਵਿੱਚ, ਤਾਂ ਉਹ ਇੱਕ ਆਇਰਲੈਂਡ ਦਾ ਟ੍ਰਿਪ ਜ਼ਰੂਰ ਲਾਉਂਦਾ। ਉਹ ਆਇਰਲੈਂਡ ਦੇ ਟ੍ਰਿਪ ਲਾਉਣ ਦਾ ਮਹੱਤਵ ਇਹੀ ਹੁੰਦਾ ਹੈ ਕਿ ਜਿਹੜੇ ਆਇਰਿਸ਼ ਵੋਟਿੰਗ ਬਲਾਕ ਹੈ ਅਮੈਰੀਕਾ ਦੇ ਵਿੱਚ ਉਹ ਇੱਕ ਬਹੁਤ ਮਜ਼ਬੂਤ ਬਣ ਚੁੱਕਿਆ ਹੈ। ਜਦੋਂ ਪੋਟੇਟੋ ਫੈਮਿਨ ਹੋਇਆ ਸੀ, ਆਲੂਆਂ ਦਾ ਕਾਲ ਪੈ ਗਿਆ ਸੀ ਆਇਰਲੈਂਡ ਦੇ ਵਿੱਚ, ਅਤੇ ਉਹ ਲੋਕ ਉੱਥੋਂ ਆਇਰਲੈਂਡ ਨੂੰ ਛੱਡ ਕੇ ਅਮਰੀਕਾ ਆ ਵਸੇ। ਜਦੋਂ ਅਮਰੀਕਾ ਆ ਵਸੇ ਜ਼ਿੰਦਗੀ ਕੋਈ ਉਹਨਾਂ ਦੀ ਐਡੀ ਸੌਖੀ ਨਹੀਂ ਸੀਗੀ, ਉਹਨਾਂ ਨੂੰ ਕਿਸੇ ਨੇ ਆਉਂਦਿਆਂ ਨੇ ਨੌਕਰੀਆਂ ਨਹੀਂ ਦਿੱਤੀਆਂ। ਵੈਰੀ ਟਰੂ। ਸੋ ਇਵੇਂ ਹੀ ਇੱਕ ਇਟਾਲੀਅਨ ਬਲੋਕ ਹੈ, ਜਦੋਂ ਇਟਾਲੀਅਨਸ ਆਏ ਉਹਨਾਂ ਨਾਲ ਵੀ ਡਿਸਕ੍ਰੀਮੀਨੇਸ਼ਨ ਹੋਈ, ਪਰ ਉਹਨਾਂ ਨੇ ਵੀ ਉਸ ਚੀਜ਼ ਤੋਂ ਇੰਸਪੀਰੇਸ਼ਨ ਲੈ ਕੇ ਬਹੁਤ ਤਰੱਕੀ ਕੀਤੀ। ਔਰ ਅਸੀਂ ਵੀ ਹੁਣ ਆਸ ਰੱਖ ਰਹੇ ਹਾਂ ਕਿ ਜਿਹੜੇ ਅਸੀਂ ਇਹ ਛੋਟੇ ਛੋਟੇ ਬੇਬੀ ਸਟੈਪਸ ਕਰ ਰਹੇ ਹਾਂ, ਚਾਹੇ ਉਹ ਡੀ ਸੀ ਦੀ ਪਰੇਡ ਹੈ, ਚਾਹੇ ਇੱਕ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਬਣਾਉਣੀ ਹੈ, ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਸਟੈਪ ਅਸੀਂ ਲੈਣ ਜਾ ਰਹੇ ਹਾਂ ਉਹ ਸਾਨੂੰ ਆਪਣੀ ਮੰਜ਼ਿਲ ਦੇ ਨੇੜੇ ਖੜ ਰਿਹਾ ਹੈ। ਮੰਜ਼ਿਲ ਦੇ ਨੇੜੇ ਸਾਡੀ ਮੰਜ਼ਿਲ ਕੀ ਹੈ? ਇੱਕ ਸਿੱਖ ਦੀ ਸਹੀ ਪਹਿਚਾਣ ਹੋਵੇ, ਸਿੱਖ ਗੁਰੂ ਦੇ ਆਸ਼ੇ 'ਤੇ ਜੀਵਨ ਬਤੀਤ ਕਰਨ ਵਾਲਾ ਹੋਵੇ, ਔਰ ਕਮਿਊਨਿਟੀ ਦੇ ਵਿੱਚ ਉਹਦੀ ਰਿਸਪੈਕਟ ਹੋਵੇ, ਨਾ ਕਿ ਸਿਰਫ ਸਿੱਖ ਕਮਿਊਨਿਟੀ ਦੇ ਵਿੱਚ, ਪਰ ਜਿਹੜੀ ਮੇਨ ਸਟ੍ਰੀਮ ਅਮੈਰੀਕਨ ਕਮਿਊਨਿਟੀ ਹੈ ਉਹਨਾਂ ਨੂੰ ਪਤਾ ਹੋਣਾ ਚਾਹੀਦਾ। ਜਿਵੇਂ ਪੁਰਾਤਨ ਸਮੇਂ ਜਦੋਂ ਕਿਸੇ ਕੁੜੀ ਨੂੰ ਬੀਬੀ ਨੂੰ ਇਹ ਪਤਾ ਲੱਗ ਜਾਂਦਾ ਸੀ ਕਿ ਕਿਤੇ ਸਿੱਖ ਖੜ੍ਹਾ ਹੈ ਤਾਂ ਬਹੁਤ ਸੇਫ ਫੀਲ ਕਰਦੀ ਸੀ। ਅਸੀਂ ਚਾਹੁੰਦੇ ਹਾਂ ਕਿ ਉਵੇਂ ਹੀ ਪੁਰਾਤਨ ਸਮਿਆਂ ਦੀ ਤਰ੍ਹਾਂ ਅੱਜ ਵੀ ਜਦੋਂ ਕਿਤੇ ਸਿੱਖ ਖੜ੍ਹਾ ਹੋਵੇ, ਅਮਰੀਕਨ ਲੋਕ ਉਹਨੂੰ ਟੈਰਰਿਸਟ ਦਾ ਲੇਬਲ ਲਾਉਣ ਦੀ ਜਗ੍ਹਾ ਉਹਨੂੰ ਇੱਕ ਨੋਬਲ, ਇੱਕ ਫਰੀਡਮ ਫਾਈਟਰ ਜਾਂ ਫਰੀਡਮ ਦੇ ਰਖਵਾਲਾ ਕਹਿ ਕੇ ਉਹਨੂੰ ਜਾਣਨ, ਨਾ ਕਿ ਟੈਰਰਿਸਟ ਕਹਿਣ। ਕੈਸੀ ਗੱਲ ਹੈ, ਅਗਰ ਆਪਾਂ ਗੱਲ ਗਿਣਤੀ ਦੀ ਕੀਤੀ ਹੈ, ਹਾਂਜੀ, ਇਫ ਇਟ ਬਿਕਮਸ ਅ ਵੈਰੀ ਇੰਪ੍ਰੈਸਿਵ ਰੇਟ, ਹਾਂਜੀ, ਅਤੇ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਕਾਮਯਾਬ ਹੋ ਜਾਂਦੀ ਹੈ ਆਪਣੇ ਇਸ ਏਮ ਦੇ ਵਿੱਚ ਜਿਹੜਾ ਉਹ ਉਹਨਾਂ ਨੇ ਅੱਗੇ ਰੱਖਿਆ ਹੋਇਆ, ਇਹ ਆਪਣੇ ਆਪ 'ਚ ਪਵਨ ਜੀ ਇੱਕ ਹੋਰ ਵੀ ਸੰਦੇਸ਼ ਭੇਜਦਾ, ਹਾਂਜੀ, ਕਿ ਅਸੀਂ ਇੱਕ ਪਲੇਟਫਾਰਮ ਦੇ ਥੱਲੇ ਹੋ ਕੇ ਵੀ ਕੈਨ ਬੀ ਵੈਰੀ ਪ੍ਰੋਟੈਕਟਿਵ। ਸਾਡੀ ਕਮਿਊਨਿਟੀ ਦੇ ਵਿੱਚ ਵਾਰ ਵਾਰ ਇਹ ਹੁੰਦਾ ਕਿ ਸਾਡੇ ਅੱਗੇ ਕੌਣ ਲੱਗਦਾ, ਅਸੀਂ ਕਿਹਨੂੰ ਫੋਲੋ ਕਰੀਏ, ਲੋਕ ਸਾਨੂੰ ਸਹੀ ਨਹੀਂ ਮਿਲਦੇ ਲੀਡ ਕਰਨ ਵਾਲੇ। ਬਟ ਇਫ ਦੇ ਆਰ ਸਕਸੈਸਫੁਲ, ਦਿਸ ਕਮੇਟੀ ਸਕਸੈਸਫੁਲ, ਦਿਸ ਵਿਲ ਬ੍ਰਿੰਗ ਅ ਨਿਊ ਹੋਪ ਟੂ ਦੀ ਏਰੀਆ, ਕਿ ਈਸਟ ਕੋਸਟ ਦੇ ਉੱਤੇ ਇੱਕ ਐਸੀ ਕਮੇਟੀ ਮਿਲੀ ਹੈ ਜਿਹਦੇ ਹੋਕੇ 'ਤੇ ਅਸੀਂ ਇਕੱਠੇ ਹੋ ਕੇ ਕੁਛ ਹਰੇਕ ਖੇਤਰ 'ਚ ਹਮਲਾ ਮਾਰ ਸਕਦੇ ਹਾਂ। ਵਾਟ ਯੂ ਥਿੰਕ? ਬਿਲਕੁਲ ਬਿਲਕੁਲ, ਇਹ ਇੱਕ ਬਹੁਤ ਹੀ ਕਹਿ ਲਓ ਕਿ ਇੱਕ ਪਾਵਰਫੁਲ ਔਰਗਨਾਈਜੇਸ਼ਨ ਬਣ ਸਕਦੀ ਹੈ, ਔਰ ਇਹਦਾ ਜਿਹੜਾ ਜਿਹੜਾ ਇਹਦਾ ਲਾਸਟਿੰਗ ਇੰਪ੍ਰੈਸ਼ਨ ਹੁੰਦਾ ਉਹ ਹਰ ਇੱਕ ਅਮਰੀਕਨ ਨਾਗਰਿਕ ਤੱਕ ਪਹੁੰਚਦਾ ਹੈ। ਇੱਕ ਛੋਟੀ ਜਿਹੀ ਇਗਜ਼ਾਮਪਲ ਦਿੰਦਾ, ਜਦੋਂ ਯੂਬਾ ਸਿਟੀ ਏਰੀਆ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਹੜ੍ਹ ਆਏ ਸੀਗੇ, ਅਤੇ ਸਿੱਖਾਂ ਨੇ ਗੁਰਦੁਆਰਾ ਸਾਹਿਬਾਨ ਖੋਲ੍ਹ ਕੇ ਅਤੇ ਜਿਹੜੇ ਅਮਰੀਕਨ ਲੋਕ ਜੋ ਹੜ੍ਹ ਪੀੜਿਤ ਸੀਗੇ ਉਹਨਾਂ ਨੂੰ ਨਾ ਕਿ ਖਾਣਾ ਦਿੱਤਾ, ਜਿੰਨੀ ਮਾਇਕ ਸਹਾਇਤਾ ਕਰ ਸਕਦੇ ਸੀ ਉਹ ਵੀ ਕੀਤੀ। ਔਰ ਇੱਕ ਕੰਮ 'ਤੇ ਬੈਠਿਆ ਇੱਕ ਬੰਦਾ ਆਉਂਦਾ ਹੈ ਅਤੇ ਉਹ ਆ ਕੇ ਕਹਿੰਦਾ ਹੈ ਕਿ ਯੂ ਗਾਇਜ਼ ਡਿਡ ਐਨ ਅਮੇਜ਼ਿੰਗ ਜੋਬ। ਅਤੇ ਮੈਂ ਪਹਿਲਾਂ ਤਾਂ ਸੋਚਣ ਲੱਗ ਗਿਆ ਕਿ ਕਿਸ ਗੱਲ ਦੀ ਕਰ ਰਿਹਾ। ਕਹਿੰਦਾ ਆਈ ਜਸਟ ਹਰਡ ਅਬਾਊਟ ਦ ਸਿੱਖਸ, ਦੇ ਆਰ ਡੂਇੰਗ ਅ ਮੈਗਨੀਫੀਸੈਂਟ ਜੋਬ ਆਊਟ ਇਨ ਕੈਲੀਫੋਰਨੀਆ, ਦੇ ਓਪਨ ਦੇਅਰ ਟੈਂਪਲਸ ਐਂਡ ਦੇ ਹੈਵ ਬਿਗ ਹਾਰਟਸ। ਸੋ ਹੁਣ ਤੁਸੀਂ ਇਹ ਦੇਖੋ ਕਿ ਉਹਨੇ ਸੰਬੋਧਿਤ ਕਿੱਦਾਂ ਕੀਤਾ। ਉਹਨੇ ਕਿਹਾ ਯੂ ਗਾਇਜ਼ ਡਿਡ ਐਨ ਐਨ ਅਮੇਜ਼ਿੰਗ ਜੋਬ। ਦੇਖੋ ਮੈਂ ਪਰਸਨਲੀ ਉੱਥੇ ਨਹੀਂ ਸੀ, ਮੈਂ ਵੀ ਉੱਥੇ ਨਹੀਂ ਸੀ, ਪਰ ਸਾਨੂੰ ਕ੍ਰੈਡਿਟ ਤਾਂ ਮਿਲ ਰਿਹਾ ਹੈ ਨਾ। ਸੋ ਜੇ ਡੀ ਸੀ ਦੀ ਪਰੇਡ ਵਧੀਆ ਹੁੰਦੀ ਹੈ, ਜੇ ਅਸੀਂ ਐਜ਼ ਅ ਰੋਲ ਮਾਡਲ ਮਤਲਬ ਵਰਲਡ ਕਲਾਸ ਸਿਟੀਜ਼ਨਸ ਬਣ ਕੇ ਦਿਖਾਈਏ ਇਹਨਾਂ ਨੂੰ, ਤਾਂ ਉਸਦਾ ਜਿਹੜਾ ਕ੍ਰੈਡਿਟ ਹੈ ਉਹ ਇਕੱਲੇ ਇਕੱਲੇ ਸਿੱਖ ਤੱਕ ਜਾਏਗਾ। ਇੰਨੇ ਵਧੀਆ ਵਿਚਾਰ,
ਹਿਸਟਰੀ ਨੂੰ ਕੰਪੈਕਟ ਕਰਕੇ ਆਪਣੇ ਨਾਲ ਇਸ ਸਤਾਰ ਪਵਨ ਸਿੰਘ ਹੋਣਾਂ ਨੇ ਸਾਂਝਾ ਕੀਤਾ, ਵੈਰੀ ਇੰਪ੍ਰੈਸਿਵ। ਜਿਹੜਾ ਮੈਂ ਲਫ਼ਜ਼ ਵਰਤਿਆ ਸੀ ਤੁਹਾਡੀ ਪਰੇਡ, ਮੈਂ ਬੜੇ ਫਖਰ ਨਾਲ ਕਹਿ ਸਕਦਾ ਪਵਨ ਜੀ ਹੁਣ ਆਪਣੀ ਪਰੇਡ ਬਣ ਚੁੱਕੀ ਹੈ। ਬਿਲਕੁਲ ਜੀ, ਸਾਡੀ ਪਰੇਡ ਹੈ ਕਿਉਂਕਿ ਮੈਂ ਵੀ ਇੱਕ ਸਿੱਖ ਹਾਂ, ਐਂਕਰ ਹੈ ਲੇਕਿਨ ਮੈਂ ਇੱਕ ਸਿੱਖ ਹਾਂ। ਸੋ ਆਪਣੀ ਪਰੇਡ ਹੈ ਇਹ। ਹਾਊ ਕੈਨ ਪੀਪਲ ਹੈਲਪ? ਅਗਰ ਤੁਹਾਨੂੰ ਜੁਆਇਨ ਕਰਨਾ ਚਾਹੁੰਦੇ ਨੇ ਲੋਕ, ਤੁਹਾਡੇ ਤੱਕ ਅਪਰੋਚ ਕਰਨਾ ਚਾਹੁੰਦੇ ਨੇ, ਕੀ ਕਿਸ ਕਿਸ ਤਰ੍ਹਾਂ ਦੀ ਮਦਦ ਦੀ ਲੋੜ ਹੈ ਤੁਹਾਨੂੰ? ਦੇਖੋ, ਸਾਨੂੰ ਹਰ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੈ। ਇਸ ਵੇਲੇ ਮਾਈਕ ਸਹਾਇਤਾ, ਤੁਸੀਂ ਪੈਸੇ ਡੋਨੇਟ ਕਰ ਸਕਦੇ ਹੋ, ਤੁਸੀਂ ਉੱਥੇ ਲੰਗਰ ਦੇ ਲਈ ਜੋ ਸੇਵਾ ਲੰਗਰ ਤਿਆਰ ਹੋਣਾ ਹੈ ਉਹਦੇ ਵਿੱਚ ਸੇਵਾ ਕਰ ਸਕਦੇ ਹੋ, ਵਰਤਾ ਸਕਦੇ ਹੋ, ਤੁਸੀਂ ਟਰੈਸ਼ ਪਿਕ ਕਰ ਸਕਦੇ ਹੋ, ਤੁਸੀਂ ਸੰਗਤਾਂ ਨੂੰ ਪਾਣੀ ਦੇ ਸਕਦੇ ਹੋ, ਤੁਸੀਂ ਬੈਨਰ ਹੋਲਡ ਕਰ ਸਕਦੇ ਹੋ। ਸਾਨੂੰ ਨਿਸ਼ਾਨ ਸਾਹਿਬ ਲਈ ਜੋ ਸਿੰਘ ਨੇ ਅਤੇ ਬੀਬੀਆਂ ਨੇ ਉਹ ਚਾਹੀਦੇ ਨੇ, ਹਰ ਕਿਸਮ ਦੀ ਤੁਸੀਂ ਸਹਾਇਤਾ ਕਰ ਸਕਦੇ ਹੋ। ਇਸ ਲਈ ਮੈਂ ਤੁਹਾਨੂੰ ਆਪਣਾ ਫੋਨ ਨੰਬਰ ਦੇਵਾਂਗਾ, ਤੁਸੀਂ ਮੈਨੂੰ ਕਾਲ ਕਿਸੇ ਵੀ ਟਾਈਮ ਕਰ ਸਕਦੇ ਹੋ ਜਾਂ ਟੈਕਸਟ ਮੈਸੇਜ ਕਰ ਸਕਦੇ ਹੋ। ਮੇਰਾ ਫੋਨ ਨੰਬਰ ਹੈ 5712283841, 571-228-3841। ਕਿਸੇ ਵੀ ਸਮੇਂ ਕਾਲ ਕਰੋ ਜਾਂ ਟੈਕਸਟ ਕਰੋ ਆਪਣੀ ਸੇਵਾ ਪਾਉਣ ਦੇ ਲਈ, ਜਾਂ ਤੁਸੀਂ ਕੋਈ ਸੁਝਾਅ ਦੇਣਾ ਹੈ ਜਿਸ ਦੇ ਨਾਲ ਅਸੀਂ ਇਹ ਪਰੇਡ ਹੋਰ ਵੀ ਵਧੀਆ ਤਰੀਕੇ ਦੇ ਨਾਲ ਕੱਢ ਸਕੀਏ। ਮੈਂ ਤਾਂ ਇਹੀ ਕਹਾਂਗਾ ਕਿ ਸਾਨੂੰ ਤੁਹਾਡੀ ਸਹਾਇਤਾ ਦੀ ਹਰ ਵੇਲੇ ਲੋੜ ਹੈ ਔਰ ਬੜੀ ਸਖਤ ਲੋੜ ਹੈ। ਸੱਤ ਅਪ੍ਰੈਲ ਬਹੁਤ ਨੇੜੇ ਹੈ ਜੀ, ਉਹ ਕਹਿੰਦੇ ਹੁੰਦੇ ਬੰਨੇ ਦਿਨ ਬਹੁਤ ਜਲਦੀ ਬਤੀਤ ਹੁੰਦੇ ਨੇ, ਹਰ ਸਿੱਖ ਦਾ ਫਰਜ਼ ਬਣਦਾ ਹੈ। ਸੋ ਇਸ ਪ੍ਰੋਗਰਾਮ ਡੀ ਸੀ ਨਾਈਟ ਵਿਦ ਪੌਲ ਬਾਠ ਦੇ ਜ਼ਰੀਆ ਜਿਹੜੇ ਵੀ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ, ਮੇਰੇ ਵੱਲੋਂ, ਸਾਡੀ ਪੂਰੀ ਟੀਮ ਵੱਲੋਂ, ਅਤੇ ਸਪੈਸ਼ਲੀ ਉਚੇਚੇ ਤੌਰ 'ਤੇ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਵੱਲੋਂ ਬੇਨਤੀ ਹੈ ਕਿ ਆਪ ਜੀ ਸਾਰੇ ਉੱਥੇ ਪਹੁੰਚੋ, ਆਪਣਾ ਫਰਜ਼ ਅਦਾ ਕਰੋ ਸਿੱਖ ਪੰਥ ਪ੍ਰਤੀ, ਔਰ ਬੇਝਿਜਕ ਹੋ ਕੇ ਪਹੁੰਚੋ। ਤੁਸੀਂ ਉੱਥੇ ਪਹੁੰਚ ਰਹੇ ਹੋ ਆਪਣੇ ਸਮਾਨ ਦੇ ਲਈ, ਆਪਣੀ ਕੌਮ ਦੇ ਲਈ। ਸੋ ਸਿਰ ਉੱਚਾ ਕਰਕੇ, ਜਿਵੇਂ ਕਹਿੰਦੇ ਆ ਕਿ ਛਾਤੀ ਠਾਣ ਕੇ, ਤੁਸੀਂ ਸਾਰੇ ਉੱਥੇ ਪਹੁੰਚੋ ਤਾਂ ਜੋ ਨੰਬਰ ਦੇ ਵਿੱਚ ਗਿਣਤੀ ਲੱਗੇ, ਆਪਣੀ ਪਹਿਚਾਣ ਨੂੰ ਲੈ ਕੇ ਆਓ, ਤਾਂ ਜੋ ਜਿਹੜੇ ਉੱਥੇ ਲੋਕ ਤੁਹਾਨੂੰ ਦੇਖਣ, ਟੀ ਵੀ ਦੇਖਣ, ਮੀਡੀਆ ਰਾਹੀਂ ਜਿੱਥੇ ਵੀ ਤੁਹਾਡੀ ਉਹ ਇਮੇਜ ਪਹੁੰਚੇ, ਤਾਂ ਪਤਾ ਲੱਗੇ ਕਿ ਡੀ ਸੀ ਦੇ ਵਿੱਚ ਸਰਦਾਰ ਸਿੱਖ ਇਕੱਠੇ ਹੋਏ ਨੇ, ਔਰ ਅਮੈਰੀਕਾ ਦੇ ਵਿੱਚ ਸਿੱਖਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧ ਰਹੀ ਹੈ, ਪਹਿਚਾਣ ਵੱਧ ਰਹੀ ਹੈ, ਔਰ ਸਾਡੀ ਜਿਹੜਾ ਵੋਟ ਬੈਂਕ ਹੈ ਉਹ ਵੱਧ ਰਿਹਾ। ਇਹ ਖੁਸ਼ੀ ਦੀ ਗੱਲ ਹੈ ਪਵਨ ਜੀ ਕਿ ਰਾਜਨੀਤੀ ਦੇ ਵਿੱਚ ਵੀ ਆਪਣੇ ਜਿਹੜੇ ਪੰਜਾਬੀ ਨੇ ਉਹ ਹੁਣ ਕਿਤੇ ਨਾ ਕਿਤੇ ਮੱਲਾ ਮਾਰ ਲੱਗ ਪਏ ਨੇ। ਬਿਲਕੁਲ, ਪੀਪਲ ਆਰ ਪਾਰਟੀਸਪੇਟਿੰਗ। ਯੈਸ, ਸੋ ਥੈਂਕ ਯੂ ਵੈਰੀ ਮੱਚ ਫੋਰ ਜੁਆਇਨਿੰਗ ਅਸ, ਸ਼ੇਅਰਿੰਗ ਦਿਸ ਇਨਫੋਰਮੇਸ਼ਨ। ਉਹ ਮੀਟਿੰਗ ਤੁਹਾਡੀ ਕਿਹੜੀ ਤਰੀਕ ਹੋ ਰਹੀ ਜੀ? 24 ਮਾਰਚ ਨੂੰ। 24 ਮਾਰਚ ਨੂੰ ਦਿਨ ਸ਼ਨਿਚਰਵਾਰ, ਸਿੰਘ ਸਭਾ ਗੁਰਦੁਆਰਾ ਬ੍ਰੈਡਕ ਰੋਡ ਫੇਅਰਫੈਕਸ ਵਰਜੀਨੀਆ ਦੇ ਵਿੱਚ। ਸੋ ਉੱਥੇ ਮੀਟਿੰਗ ਦੇ ਵਿੱਚ ਤੁਸੀਂ ਪਹੁੰਚੋ ਔਰ ਆਪਣਾ ਵਿਚਾਰ ਕਰੋ। ਥੈਂਕ ਯੂ ਵੈਰੀ ਮੱਚ, ਐਂਡ ਲੈਟ ਮੀ ਥੈਂਕ ਪਵਨ ਸਿੰਘ ਫੋਰ ਬੀਇੰਗ ਐਂਡ ਸ਼ੇਅਰਿੰਗ ਦਿਸ ਵਾਈਟਲ ਇਨਫੋਰਮੇਸ਼ਨ ਵਿਦ ਆਲ ਆਫ ਅਸ। ਥੈਂਕ ਯੂ ਐਵਰੀਬਾਡੀ, ਗੁੱਡ ਨਾਈਟ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।